ਦੇਖੋ ਇਹ ਬੇਅਸੂਲਾ ਸਮਝੌਤਾ ਸੀ ਔਰ BJP ਨੇ ਮਹਿਸੂਸ ਕਰ ਲਿਆ ਸੀਗਾ ਵੀ ਇਹ ਹੁਣ ਪਾਰਟੀ ਜਿਹੜੀ ਸਿੱਖਾਂ ਦੀ ਨਹੀਂ ਰਹਿ ਗਈ, ਇਹ ਇੱਕ ਟੱਬਰ ਦੀ ਪਾਰਟੀ ਆ, ਕੁਝ ਲਾਲਚੀ ਟੱਬਰ ਇਹਨਾਂ ਦੇ ਮਗਰ ਲੱਗੇ ਹੋਏ ਆ ਔਰ ਇਹ ਸਾਡਾ ਦਿੱਲੀ 'ਚ ਪਾਰ ਉਤਾਰਾ ਨਹੀਂ ਕਰ ਸਕਦੇ, ਇਸ ਲਈ ਉਹਨਾਂ ਨੇ ਇਹਨਾਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸੰਬੰਧ ਟੁੱਟ ਗਏ। ਅਤੇ ਇਹਦਾ ਜਿਹੜਾ ਗੱਠਜੋੜ ਟੁੱਟਿਆ ਤਾਂ ਪੰਜਾਬ ਦੇ ਵਿੱਚ ਕੀ ਅਸਰ ਪਊਗਾ 2022 ਦੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ, ਕੀ ਇਹਨਾਂ ਦਾ ਗੱਠਜੋੜ ਅੱਗੇ ਰਹੇਗਾ ਕਿਸ ਤਰ੍ਹਾਂ? ਮੈਨੂੰ ਨਹੀਂ ਲੱਗਦਾ, ਕਿਉਂਕਿ CAA ਜਿਸ ਕਾਰਨ ਕਹਿੰਦੇ ਆ ਅਕਾਲੀ ਦਲ ਵੀ ਅਸੀਂ ਛੱਡਿਆ ਉਹਨਾਂ ਨੂੰ, ਅਤੇ ਉਹਦੇ 'ਤੇ ਹੋਮ ਮਿਨਿਸਟਰ ਅਤੇ ਪ੍ਰਾਈਮ ਮਿਨਿਸਟਰ ਆਪਣਾ ਸਟੈਂਡ ਸਪਸ਼ਟ ਕਰ ਚੁੱਕੇ ਆ ਵੀ ਚਾਹੇ ਸਾਡੇ ਕੋਲ ਭਾਈਵਾਲ ਆ ਚਾਹੇ ਵਿਰੋਧੀ ਆ, ਜਿੰਨਾ ਜ਼ੋਰ ਲਾਉਣਾ ਲਾ ਲੈਣਾ, ਅਸੀਂ ਨਹੀਂ ਇਹਨੂੰ ਬਦਲਣਾ। ਸਰ, ਇੰਨੀ ਪੁਰਾਣੀ ਪਾਰਟੀ ਅਕਾਲੀ ਦਲ ਖੇਰੂ ਖੇਰੂ ਹੁੰਦੀ ਜਾ ਰਹੀ ਹੈ, ਇੱਕ ਤੋਂ ਬਾਅਦ ਇੱਕ ਜਿਹੜੇ ਸੀਨੀਅਰ ਅਕਾਲੀ ਛੱਡ ਕੇ ਜਾ ਰਹੇ ਆ, ਕੀ ਕਾਰਨ ਮੰਨਦੇ ਹੋ, ਕੀ ਕਾਰਨ ਇਹਦਾ? ਨਲਾਇਕ ਲੀਡਰਾਂ ਦੇ ਕਾਰਨ 100 ਸਾਲ ਪੁਰਾਣੀ ਪਾਰਟੀ ਦਾ 2 ਸਾਲਾਂ 'ਚ ਭੋਗ ਪੈ ਰਹੇ। ਕੌਣ ਜ਼ਿੰਮੇਵਾਰ ਆ ਜੀ? ਲੀਡਰ ਹੀ ਜ਼ਿੰਮੇਵਾਰ ਹੁੰਦੇ। ਕੌਣ, ਕਿਹੜੇ ਕਿਹੜੇ ਲੀਡਰ ਆ ਜੀ? ਜਿਹੜੇ ਮੁੱਖ ਤੌਰ 'ਤੇ ਸੇਵਾ ਨਿਭਾਉਂਦੇ ਉਹੀ ਜ਼ਿੰਮੇਵਾਰ ਹੁੰਦੇ। ਸੁਖਬੀਰ ਬਾਦਲ ਜਿਹੜੇ ਹੈਗੇ ਆ ਉਹਨੂੰ ਸਾਰੇ ਜਿਹੜੇ ਹੈਗੇ ਆ ਵਿਰੋਧ ਕਰ ਰਹੇ ਆ, ਕਿਉਂ ਜਿਹੜਾ ਹੈਗਾ ਉਹਨਾਂ ਕਰਕੇ ਪਾਰਟੀ ਟੁੱਟ ਰਹੀ, ਕੀ ਕਹਿਣਾ ਚਾਹੁੰਦੇ ਹੋ? ਜੇ ਸੁਖਬੀਰ ਸਿਆਣਾ ਹੋਵੇ, ਜੇ ਉਹਦਾ ਅਕਾਲੀ ਦਲ ਨਾਲ ਪ੍ਰੇਮ ਹੋਵੇ, ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਅਕਾਲੀ ਦਲ ਤੋਂ ਔਰ ਕਿਸੇ ਆਪਣੇ ਟੱਬਰ ਤੋਂ ਇਲਾਵਾ ਕਿਸੇ ਹੋਰ ਯੋਗ ਵਿਅਕਤੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ, ਅਤੇ ਮੈਨੂੰ ਲੱਗਦਾ ਵੀ 80% ਜਿਹੜੇ ਟੁੱਟ ਕੇ ਵੀ ਗਏ ਉਹ ਵੀ ਇਕੱਠੇ ਹੋ ਜਾਣਗੇ। ਕੀ ਲੱਗਦਾ ਭਵਿੱਖ ਕੀ ਹੋਊਗਾ ਅਕਾਲੀ ਦਲ ਦਾ, ਜਿਹੜਾ ਆਉਣ ਵਾਲੇ ਜਿਹੜੇ ਹੈਗੇ ਦਿਨਾਂ ਦੇ ਵਿੱਚ, ਮਹੀਨਿਆਂ ਦੇ ਵਿੱਚ ਕੀ ਭਵਿੱਖ ਰਹੂਗਾ ਅਕਾਲੀ ਦਲ ਦੇ? ਭਵਿੱਖ ਦੇ ਬਾਰੇ ਕੋਈ ਕਿਆਸ ਰਾਈਆਂ ਨਹੀਂ ਕਰ ਸਕਦਾ, ਕੱਲ੍ਹ ਨੂੰ ਕੀ ਹੋਣਾ ਇਹ ਤਾਂ ਮਾਲਕ ਨੂੰ ਪਤਾ। ਨਹੀਂ, ਫਿਰ ਵੀ ਜਿਸ ਤਰ੍ਹਾਂ ਪਾਰਟੀ ਦੇ ਇੱਕ ਤੋਂ ਬਾਅਦ ਇੱਕ ਸੀਨੀਅਰ ਲੀਡਰ ਜਿਹੜੇ ਟੁੱਟ ਕੇ ਬਾਹਰ ਜਾ ਰਹੇ ਆ, ਕੀ ਲੱਗਦਾ ਕਿ ਅਕਾਲੀ ਦਲ ਦਾ ਜਿਹੜਾ ਵਜੂਦ ਕਿੰਨੀ ਦੇਰ ਤੱਕ ਇਸ ਤਰ੍ਹਾਂ? ਜਦੋਂ ਸਾਰੇ ਹੀ ਐਸੈਟਸ ਚਲੇ ਜਾਣ ਜਿਨ੍ਹਾਂ ਨੇ 50-50 ਸਾਲ ਸੇਵਾ ਕੀਤੀ ਹੈ, ਅਤੇ ਬਾਕੀ ਤਾਂ ਫਿਰ ਜੁੰਡੀ ਦੇ ਜਾ ਰਹੀ ਰਹਿ ਜਾਂਦੇ। ਕੀ ਲੱਗਦਾ 2022 ਤੱਕ ਇਹਨਾਂ ਦਾ ਜਿਹੜਾ ਹੈਗਾ ਗੱਠਜੋੜ ਇੱਥੇ ਪੰਜਾਬ ਦੇ ਵਿੱਚ ਰਹੂਗਾ ਜਾਂ ਅਲੱਗ ਅਲੱਗ ਰਹੂ? ਕਿਹਦੇ ਨਾਲ? ਅਕਾਲੀ ਦਲ ਭਾਜਪਾ ਦਾ ਜਿਹੜਾ ਗੱਠਜੋੜ, ਉਹ ਤਾਂ ਮੇਰਾ ਖਿਆਲ ਨਹੀਂ ਚੱਲੇਗਾ। ਜੇ ਆਪਣੇ ਆਪਣੇ ਸਟੈਂਡ 'ਤੇ ਦੋਨੋਂ ਪਾਰਟੀਆਂ ਖੜੀਆਂ ਰਹੀਆਂ ਫਿਰ ਤਾਂ ਨਹੀਂ ਚੱਲੇਗਾ। ਜਿਹੜੇ ਆਪਣੇ ਪ੍ਰਕਾਸ਼ ਸਿੰਘ ਬਾਦਲ ਇੰਨੇ ਸੀਨੀਅਰ ਲੀਡਰ ਆ, ਉਹਨਾਂ ਨੇ ਇੰਨਾ ਕੁਛ ਹੰਢਾਇਆ, ਉਹਨਾਂ ਨੇ ਪਾਰਟੀ ਜਿਹੜੀ ਹੈਗੀ ਆ ਖੜੀ ਕੀਤੀ ਆ ਆਪ ਨਾਲ ਹੋ ਕੇ, ਕਿਉਂ ਜਿਹੜਾ ਹੈਗਾ ਬੋਲ ਨਹੀਂ ਰਹੇ, ਕਿਉਂ ਚੁੱਪ ਆ? ਉਹਨਾਂ ਨੂੰ ਬੋਲਣ ਹੀ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਤਾਂ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ। ਜਿਹੜੇ ਬਹੁਤ ਛੋਟੇ ਕੱਦ ਦੇ ਬੰਦੇ ਸੀ ਉਹ ਬਾਦਲ ਸਾਹਿਬ ਦੇ ਸਾਥੀਆਂ ਦੀ ਅਗਵਾਈ ਬਹੁਤਾ ਚਿਰ ਨਹੀਂ ਕਰ ਸਕਦੇ, ਇਹ ਨਤੀਜਾ ਵੀ ਇਹੀ ਲੱਗਦਾ।